ਅਸਲਾਮ ਵਾਲੇਕਮ ਗਾਇਸ ਵੈਲਕਮ ਟੂ ਮਾਈ YouTube ਚੈਨਲ ਕਿ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਬਿਲਕੁਲ ਠੀਕ ਠਾਕ ਹੋ ਸੋ ਸ਼ੁਕਰ ਅਲhamdulillah ਮੈਂ ਵੀ ਠੀਕ ਠਾਕ ਹਾਂ ਤੇ ਮੇਰੀ ਫੈਮਿਲੀ ਬਿਲਕੁਲ ਠੀਕ ਠਾਕ ਹੈ ਅੱਜ ਮੈਂ ਨਾ ਤੁਹਾਨੂੰ ਪਤਾ ਸਰਦੀ ਸੋਦੀ ਆ ਗਈ ਤੇ ਮੈਂ ਸ਼ਰਟ ਪਾਈ ਠੀਕ ਹੋ ਗਿਆ ਨਹੀਂ ਸਰਦੀ ਕੋ ਨਹੀਂ ਆਈ ਤੁਹਾਡੀ ਵਰਜਾਈ ਕਰਨਾ ਕਾਲਾ ਸੂਟ ਕਰੇਂਦਾ ਚਸਾਂ ਮੈਂ ਸਰਦੀ ਮੇਰੇ ਅਸ ਕੋ ਨਹੀਂ ਨਾ ਮੈਂ ਕੋਈ ਜਰਸੀ ਪਾਈ ਤੇ ਨਾ ਇਹਨੇ ਕੋਈ ਸ਼ਾਲ ਲਈ ਬਸ ਮੈਂ ਇਹ ਪਤਲਾ ਜਿਹਾ ਦੁਪੱਟਾ ਲਿਆ ਹਾਂਜੀ ਕਾਟਨ ਦਾ ਸੂਟ ਪਾਇਆ ਸੂਟ ਪਾਇਆ ਇਹਨੇ ਕਾਟਨ ਦਾ ਕਾਲਾ ਸੂਟ ਨੀਲੇ ਜੁੱਤੀ ਉਤ ਪਾਈਏ ਬੜੀ ਵੀਆਪੀ ਕਰਦੇ ਟੌਰ ਸ਼ੋਰਟ ਤੇ ਖਲੋਤੀਏ ਮੇਰੇ ਕੋਲ ਤੇ ਅਸਲ ਦੌਰ ਵੇਖੋ ਇਹ ਦੇਖੋ ਇਹ ਮੇਰੀ ਜਰਸੀ ਚੈੱਕ ਕਰੋ ਇਹ ਦੇਖੋ ਬਾਤ ਕਿਸੋ ਬੈ ਅਦਨਾਨ ਨਾਲ ਦੀ ਲੜਦਾ ਕਿਉਂ ਹੈ ਇਹ ਦੇਖੋ ਇਹਦਾ ਕੰਮ ਮੈਂ ਨਾ ਇਹਨੂੰ ਆਖਾ ਮੈਂ ਕਿਹਾ ਸਣਾ ਇਹ ਜਰਸੀ ਪਈ ਪਿਛਲੇ ਸਾਲ ਦੀ ਠੀਕ ਹੈ ਤੇ ਮੈਨੂੰ ਨਾ ਹੁਣ ਹੋਈ ਵੱਡੀ ਗਈ ਹੈ ਪਹਿਲਾਂ ਮੈਂ ਛੋਟਾ ਆ ਮੈਂ ਨਾ ਮਤਲਬ ਤੇ ਹੁਣ ਮੇਰੇ ਵੱਡੀ ਹੋ ਗਈ ਹੈ ਇਹਨੂੰ ਮੈਂ ਇਹ ਗੱਲ ਕੀਤੀ ਕਿ ਇਹਨੂੰ ਇਸਤਰੀ ਕਰਦੇ ਦੇ ਚਾ ਕਦੀ ਜਰਸੀ ਐ ਇਸਤਰੀ ਹੋਂਦਰਾ ਦਿਮਾਗ ਕੇ ਕੰਮ ਨਹੀਂ ਕਰਦਾ ਹੈ ਤੇ ਇਸ ਮੈਨੂੰ ਇਸਤਰੀ ਕਰਤ ਨਹੀਂ ਦਿੱਤੀ ਹੁਣ ਮੇਰੇ ਸਾਰੇ ਵਟ ਪੈਗੜ ਮੈਂ ਵੀਡੀਓ ਬੜੇਂਦਾ ਖਣਾ ਵੇਤੇ ਪਾਓ ਲੇਕਿਨ ਮੈਨੂੰ ਆਂਦੀ ਸ਼ਰਮ ਘੜਦੀ ਤੂੰ ਸਹੀ ਗੈਜ਼ੋ ਬੇਦਨਾਨ ਦੀ ਘਰ ਜ ਮਨਿੰਦੀ ਕੋਈ ਨਹੀਂ ਮਨਿੰਦੀ ਹੈ ਜਿਸ ਲਈ ਮੈਂ ਔਖਾ ਵਾਂ ਇਹਨੇ ਲੜਾ ਉਸ ਲਈ ਮੇਰੀ ਮਨੀਜਰ ਸੀ ਇਵੇਂ ਮੇਰੀ ਕੈਨ ਮਨਿੰਦੀ ਕਰਦੇ ਬਿਲਕੁਲ ਨਹੀਂ ਮਨਿੰਦੀ ਤੇ ਨਹੀਂ ਸ਼ਰਮ ਦੱਸੋ ਬੇਸ਼ਰਮ ਨਹੀਂ ਗਿਰੀ ਸ਼ਰਮਾਈਏ ਕਦੀ ਆਈ ਤੂੰ ਵਾਤ ਮੇਰੇ ਕੋਲ ਜਲ ਸਈ ਆ ਜੇ ਮੈਨੂੰ ਕਾਵੜੀ ਕਦੀ ਕਦੀ ਆ ਜਾਂਦੀ ਦੇਖ ਕੇ ਦੀ ਆਈ ਹੈ ਸ਼ਰਮ ਮੈਨੂੰ ਆ ਦੱਸੋ ਹੈ ਗਾਇਸ ਇਸ ਵਕਤ ਸਾਡੇ ਮੇਰੀ ਗੱਲ ਸੁਣੋ ਤੂੰ ਗੱਲ ਬਾਤ ਚ ਕਰੀ ਇਹ ਜਿਹੜੀ ਸ਼ਰਟ ਆ ਨਾ ਇਹ ਸ਼ਰਟ ਆ ਯਾਨੀ ਕਿ ਲਾਲਾ ਫੋਮ ਜਿਹਦੀ ਹੈ ਨਾ ਫੋਮ ਦੀ ਨਹੀਂ ਆ ਤੂੰ ਖੜੀ ਹੈ ਹੈ ਨਾ ਸੰਜੀਲ ਜਿਹਦੀ ਸੰਜੀਲ ਦੀ ਆ ਉਹ ਨਹੀਂ ਇਸਤਰੀ ਨਹੀਂ ਹੁੰਦਾ ਇਸਤਰੀ ਕਰੀਏ ਤੇ ਇਹਦੇ ਉੱਤੇ ਜਿਹੜੀ ਇਹ ਲੂਝ ਇਹ ਸਾਰੀ ਖਰਾਬ ਹੋ ਜੂਗੀ ਮੈਂ ਇਹਨੂੰ ਕਹਿੰਨੂੰ ਇਸਤਰੀ ਨਹੀਂ ਹੁੰਦਾ ਇੰਗੀ ਧੋ ਕੇ ਸੁੱਕਣੇ ਛੰਡ ਦਿਓ ਤੇ ਫਿਰ ਠੀਕ ਹੁੰਦਾ ਅੰਦਰ ਤੋਂ ਉਹ ਕੰਨੜਾ ਵੀ ਨਹੀਂ ਇਸਤਰੀ ਕਰ ਮੈਂ ਕਿ ਫਿਰ ਇੰਜ ਪਾਲਾ ਫਿਰ ਦੂਸਰੇ ਜੋ ਧੋਵਾਂਗੇ ਫਿਰ ਆਪੀ ਪ੍ਰੈਸ ਹੋ ਜੀਦੀ ਪ੍ਰੈਸ ਨਹੀਂ ਨਾ ਦੋਵੇਂ ਕੀ ਤੇ ਪ੍ਰੈਸ ਹੋ ਗਈ ਹੱਥ ਨਾਲ ਇਸਤਰੀ ਨਹੀਂ ਕਰਨੀ ਆ ਇਸਤਰੀ ਨਹੀਂ ਹੁੰਦੀ ਪਤਾ ਨਹੀਂ ਕਿਥੇ ਫਿਰ ਦਰਿਆ ਐ ਤੂੰ ਸਾਡੇ ਇਲਾਕੇ ਦਾ ਮੌਸਮ ਦੀ ਗੱਲ ਕਰੀ ਗਾਈਸ ਬੜਾ ਵੀ ਆਪੀ ਹੈ ਪਿਆ ਮਾਸ਼ਾ ਅੱਲਾ ਜਿਹੜੀ ਕਣਕ ਕਣਕਾਂ ਕਈ ਰਲ ਚੁੱਕੀ ਹੈ ਵੇਖਦੇ ਪਿਓ ਹਾਂ ਨਿਕਲ ਇੱਕਦਮ ਰਿਲੈਕਸ ਮੋਰੇ ਜੀ ਕਣਕ ਰਲ ਚੁਲੀ ਹੈ ਬਰਸੀਨ ਵੀ ਰਲ ਗਈ ਬਰਸੀਨ ਹੀ ਰਲ ਗਈ ਸਾਗ ਜਿਹਨੂੰ ਕਹਿੰਦੇ ਨੇ ਸਾਗ ਸੁੱਕੀ ਪਿਛੋਟ-ਛੋਟਾ ਆਉਂਦਾ ਪਿਆ ਤੇ ਅਸਾਜ ਬਾਹਰ ਨਿਕਲੇ ਸੀ ਸਨਣ ਨੇ ਮੈਨੂੰ ਕਿਹਾ ਕਿ ਚੱਲ ਬਾਹਰ ਮੈਂ ਕਿਹਾ ਚੱਲ ਤੇਰੇ ਨਾਲ ਬਾਹਰ ਚੱਲਦਾ ਤੇ ਗੱਲ ਇਦਾਂ ਸੀ ਕਿ ਮੈਂ ਤੈਨੂੰ ਕਿਹਾ ਕਿ ਤੂੰ ਇੱਥੇ ਠਹਿਰ ਬਾਹਰ ਮੈਨੂੰ ਨਾ ਆਖ ਮੈਂ ਤਾਂ ਤੇਰੇ ਨਾਲ ਜਿੱਥੇ ਤੂੰ ਅੱਗੇ ਉੱਥੇ ਹੀ ਬਾਹਰ ਜਾਣ ਨੂੰ ਤਿਆਰ ਹਾਂ ਤੂੰ ਹੋਣਾ ਕਿਂਗਾ ਬਾਹਰ ਦੇ ਮੁਲਕ ਲੈ ਚੱਲ ਮੈਂ ਤਾਂ ਕਹਿਣਾ ਕਿ ਮੈਨੂੰ ਬਾਹਰ ਲੈ ਚੱਲ ਹਾਂ ਯਸ ਬਸ ਮੇਂ ਗੱਲ ਸੁਣੋ ਗਾਇਸ ਮੈਂ ਇਹਨੂੰ ਕਿਹਾ ਕਿ ਤੂੰ ਮੈਂ ਅੱਜ ਨਾ ਵਿਹਲੀਆਂ ਥੋੜਾ ਜਿਹਾ ਟਾਈਮ ਮੇਰੇ ਕੋਲ ਹੈ ਸੀ ਮੈਂ ਕਿਹਾ ਮੇਰੀ ਦੋ ਟਿਕਟੋਕ ਬਣਾ ਦੇ ਉਹ ਟਿਕਟੋਕ ਬਣਾਉਣਾ ਵਾਸਤੇ ਇੱਥੇ ਆਏ ਤੇ ਇਹਨੇ ਆਪਣਾ ਵਲੌਗ ਸ਼ੁਰੂ ਕਰ ਲੱਗਦਾ ਵੇ ਤੇ ਪਾਸਾ ਮੌਸਮ ਕਿਹੜਾ ਵੀ ਆਪੀ ਸਾਡੇ ਇਲਾਕੇ ਬੜਿਆ ਹੈ। ਇੱਕਦਮ ਰਿਲੈਕਸ ਮੋਲ ਤੇ ਸਨਾਂ ਬਾਹਰ ਆਈ ਇਤਨੀ ਵੀਆਪੀ ਜਗ੍ਹਾ ਨੇ ਇਤਨੀ ਵੀਆਪੀ ਜਗ੍ਹਾ ਬੜੀ ਖੜੀ ਹੈ ਨਾ। ਮੈਨੂੰ ਨੀਂਦ ਨਹੀਂ ਆਉਂਦੀ। ਸਨਾਂ ਨੂੰ ਨੀਂਦ ਆਈ ਖੜੀ ਹੈ। ਚਲਿਏ। ਸਾਉਂਡ ਚਲੀਏ ਕਰੇ। ਇਹਨਾਂ ਨੇ ਵੇਲਾ ਮੱਕੀ ਸੁਤਨੇ ਘੱਤੀ ਹੈ। ਹੂੰ। ਰੂੜੀ ਦੇ ਉੱਤੇ। ਸਨਾਂ ਨੂੰ ਗਾਇਸ ਆਈ ਇਹ ਨੀਂਦ। ਤੇ ਮੈਂ ਕਿਹਾ ਕੋਈ ਮਸਲਾ ਨਹੀਂ ਸਨਾਂ ਚੱਲ ਫਿਰ ਚੱਲ ਕੇ ਸਮਝ ਆ ਜਾਣਾ ਆਪਾਂ। ਮੈਂ ਸਮਝ ਨਹੀਂ ਤੂੰ ਇਹ ਸਭ ਤੇ ਮੈਂ ਕੀ ਕਰਾਂਗਾ ਜਾਗ-ਜਾਗ ਕੇ ਮੈਂ ਵੀ ਸੌਂ ਜਾਣਾ ਫਿਰ ਮੈਂ ਇੱਥੇ ਫਿਰਦਾ ਫਿਰਦਾ ਕੀ ਕਰਾਂਗਾ ਹੋਰ ਕੰਮ ਕਰ ਕੰਮ ਹੈ ਕੀ ਕਰਾਂ ਮੈਂ ਦੱਸ ਜੋ ਤੇਰਾ ਦਿਲ ਹੈ ਅੱਜ ਪਕਾਣਾ ਕੀ ਹੈ ਪਹਿਲਾਂ ਮੈਨੂੰ ਇਹ ਦੱਸ ਅੱਜ ਕੀ ਪਕਾਉਣਾ ਅੱਜ ਕੁਝ ਵੀ ਨਹੀਂ ਪਕਾਉਣਾ ਰਾਤ ਵਾਲੇ ਆਲੂ ਖਾ ਲਾਂਗੇ ਆਲੂ ਨਹੀਂ ਖਾਣੇ ਠੀਕ ਹੈ ਅੱਜ ਮੈਂ ਕੁਝ ਕੁਝ ਅੱਛਾ ਖਾਣਾ ਚਾਹਤਾ ਹਾਂ ਸਨਾ ਮੈਨੂੰ ਕੋਈ ਅੱਛੀ ਚੀਜ਼ ਖਿਲਾ ਦਿਵਾਜ ਆਪਣੇ ਬੱਚੇ ਸਾਡੇ ਇਲਾਕੇ ਦੇ ਵਿੱਚ ਨਾ ਮੇਰੇ ਬਾਹਰ ਓਏ ਥੰਬੇ ਤੇ ਥੰਬੇ ਦੇ ਗੋਲੇ ਖੇਡਣਾ ਸਾਰੀ ਸਨਾ ਥੰਬੇ ਦੇ ਗੋਲੇ ਖੇਡਣਾ ਸਾਡੀ ਰੇਖਾੰਬਲਾ ਜਨਾ ਕਾਢ ਨਰ ਬੈਠ ਇਧਿਆ ਵੇਚਾ ਤੋ ਥੰਬੇ ਦੇ ਗੋਲੇ ਖੇਡੋ 2 2 ਦੀ ਤਾਰ ਫਰੀ ਲੜਗੀ ਖੜੀ ਤੇ ਮਸਲਾ ਮਸਾਲਾ ਚੱਲ ਇਧਨੇ ਖੇਡਣਾ ਮੇਰੇ ਬਾਹਰ ਸਕੂਲ ਪੜ੍ਹਦੇ ਆ ਨਾ ਤੇ ਯੂਸੇਫ ਪੜ੍ਹਦਾ ਖੇਡਦਾ ਤੇ ਅਸੀਂ ਬਾਹਰ ਨਿਕਲ ਕੇ ਇਹ ਵੀ ਬਾਹਰ ਨਿਕਲ ਕੇ ਖੇਡਦੇ ਵਦਨ ਤੇ ਗੱਲ ਕਰੀਏ ਸਾਡੀ ਗੱਡੀ ਦੀ ਤੇ ਸਾਡੀ ਗੱਡੀ ਦਾ ਹਾਲਾਤ ਚੈੱਕ ਕਰ ਲੋ ਕਿ ਸਾਰੀ ਜਿਹੜੀ ਹੋ ਗਈ ਇਹਨੂੰ ਘਾਰਿਆ ਅੱਜ ਜੁਮੇ ਛੁੱਟੀ ਹੈ ਦੀ ਇਹ ਚੈੱਕ ਕਰੋ ਅਸਲ ਅੱਜ ਗਾਇਸ ਪਤਾ ਕੀ ਗੱਲ ਹੈ ਕਿ ਰਾਤੀ ਨਾ ਹੁਣ ਤੁਹਾਨੂੰ ਮੈਂ ਇੱਕ ਬੜੀ ਸੀਰੀਅਸ ਗੱਲ ਦੱਸਣਾ ਪੀਂ ਠੀਕ ਹੈ ਇਹ ਦੇਖ ਰਹੀਏ ਕਰ ਵਹਾਵੇਂ ਨਾ ਇੱਜੜੀ ਸਾਫ ਸੁਥਰੀ ਹਾਂ ਮੈਨੂੰ ਪਤਾ ਹੈ ਮੱਕੀ ਦੇ ਛਿਲਣਾਂ ਦੀ ਸਾਰੀ ਮਿੱਟੀ ਹੈ ਮੈਂ ਤੁਹਾਨੂੰ ਗਾਇਸ ਇੱਕ ਗੱਲ ਦੱਸਾਂ ਸਾਡੇ ਨਾਲ ਬੜਾ ਕਿ ਨਾਲ ਦੀ ਸਾਈਡ ਤੇ ਪਈ ਮੱਕੀ ਨਾਲ ਦੀ ਸਾਈਡ ਤੇ ਮੱਕੀ ਉਹਨਾਂ ਲਾਇ ਲੇ ਰਾਤੀ ਸ਼ੈਲਰ ਮੱਕੀ ਸ਼ੈਲਰ ਲਾਈ ਨੇ ਤੇ ਇੰਨਾ ਸਾਡੇ ਇਲਾਕੇ ਦੀ ਇਤਨੀ ਕੋ ਗੰਦੀ ਇੱਕ ਆਦਤ ਹੈ ਨਾ ਕਿ ਜਦੋਂ ਮਤਲਬ ਸ਼ੈਲਰ ਵਗੈਰਾ ਇੱਥੇ ਲੈੰਦੇ ਨਾ ਫਿਰ ਜਿਹੜਾ ਗੰਧ ਖਰਾਬ ਆਉਂਦਾ ਨਾ ਉਹ ਸਾਰਾ ਲੋਕਾਂ ਦੇ ਘਰੇ ਇੰਦੜਾ 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 ਘੱਟਾ ਬਲਾ ਆਊਟਡੋਰ ਤੇ ਉੱਡਡੋਰ ਤੇ ਲੋਕਾਂ ਦੀ ਅੰਦਰ ਵੜ ਜਾਂਦਾਈ ਉਹਨਾਂ ਦੀ ਮੰਝੀਆਂ ਚ ਵੜ ਜਾਂਦੇ ਉਹਨਾਂ ਦੇ ਭਾਂਡੇ ਚ ਵੜ ਜਾਂਦੇ ਉਹਨਾਂ ਦੀ ਰੋਟੀ ਚ ਵੜ ਜਾਂਦੇ ਹਰ ਬਲਾ ਚ ਵੜ ਜਾਂਦੇ ਲੇਕਿਨ ਲੋਕੋ ਨੂੰ ਇਸ ਚੀਜ਼ ਦਾ ਫਰਕ ਨਹੀਂ ਪੰਦਾ ਕਿ ਅਗਲੇ ਬੰਦੇ ਦਾ ਕੀ ਹਾਲਾਤ ਹੈ ਕੀ ਨਹੀਂ ਹੈ ਉਸੇ ਚੀਜ਼ ਨੂੰ ਨਹੀਂ ਦੇਖਉਂਦਾ ਆਪਣਾ ਉल्लू ਸਿੱਧਾ ਕਰਨੜਾ ਇਨਾਂ ਦੀ ਕੋਸ਼ਿਸ਼ ਇਹ ਆਉਂਦੀ ਹੈ ਕਿ ਉਹ ਕਹਿੰਦੇ ਨੇ ਨਾ ਆਪਣਾ ਕੰਮ ਕੀਤਾ ਤੇ ਭੈਣ ਦੀ ਹੈ ਜੀਤਾ ਹਾਂ ਇਨਾਂ ਦੇ ਲੋਕਾਂ ਦੀ ਕੋਸ਼ਿਸ਼ ਇਹ ਆਉਂਦੀ ਹੈ ਕਿ ਬਸ ਅਸਾਂ ਨਾਲ ਦੇ ਬੰਦੇ ਨੂੰ ਤੰਗ ਕਰੀਏ ਤੰਗ ਹੋਵੇ ਬਸ ਸਾਡਾ ਸਾਡਾ ਨਾ ਚੁੱਪਦਾ ਰਹੇ ਤੰਗ ਹੋਵੇ ਓਏ ਨਾਲ ਕੀ ਰੇ ਕੈਸ਼ ਲਿਖਦੇ ਖੜੇ ਨੇ ਮੇਰੇ ਪੁੱਤਰ ਹਾਂ ਮਿੱਟੀ ਲੈਦੇ ਪੈਣੇ ਤੁਹਾਡੀ ਮਾਂ ਕਾਰ ਸਾਫ਼ ਕਰ ਸੀ ਅੱਜ ਵਿਖਾਇ ਮਾਂ ਕਾਰ ਸਾਫ਼ ਕਰ ਸੀ ਤੂੰ ਕੀ ਕਰਨਾ ਜੀ ਜੁਮਾਹ ਛੁੱਟੀ ਹੈ ਤੇਰੀ ਤੂੰ ਕੰਮ ਕਰ ਗੱਡੀ ਸਾਫ਼ ਕਰ ਦੇਸਾ ਨਾ ਮਿੱਟੀ-ਫਿੱਟੀ ਸਾਫ਼ ਕਰ ਦੇ ਮੈਂ ਬਸ ਹੁਣ ਗੱਡੀ ਸਾਫ਼ ਕਰਦਾ ਹਾਂ ਸਫਾਈ ਸਵੀ ਕਰਦਾ ਹਾਂ ਅੱਲਾ ਦਾ ਹੁਕਮ ਨਾਲ ਤੇ ਬਾਅਦ ਸਨਨ ਮੈਂ ਝੂਟਕ ਵੇਸਾ ਗੱਡੀ ਤੇ ਠੀਕ ਹੈ ਸਨ ਮੈਂ ਝੂਟਕਾ ਸਾਹ ਹਾਂ ਝੂਟਾ ਕਿ ਮੈਂ ਜੋ ਬਣਾ ਲ ਨਾ ਤੋ ਗਾਇਸ ਅਸਾ ਹੁਣ ਆ ਗਏ ਆਪਣੇ ਘਰੇ ਸਨ ਆਂਦੇ ਲੈ ਲੰਮ ਲੇਟ ਹੋ ਗਈ ਸਾਮ ਗਈ ਇਹਨੂੰ ਆਈ ਕੜੀ ਨੀਂਦਰ ਅਸਲ ਦੌਰ ਨਾਲ ਇਹਨੂੰ ਹੁੰਦੇ ਜਗਾਰਾ ਰਾਤੀ ਬਾਲ ਸਮਾਂ ਨਹੀਂ ਲੈਂਦੇ ਇਸ ਰਾਹ ਤੂੰ ਹੁਣ ਇਹਨੂੰ ਨਿੰਦਰਾਈ ਖੜੀ ਤੇ ਸੋਤੀ ਪਈ ਹੈ ਪਹਿਲਾਂ ਬਲਬ ਜਗਾਵਾ ਸਾਢੇ ਘਰ ਨੇ ਜੜਾ ਇਹ ਨਾ ਥੋੜਾ ਥੋੜਾ ਅਨੇਰਾ ਇਧਰ ਹੀ ਦੂਰ ਹੋਵੇ ਹੁਣ ਠੀਕ ਹੈ ਕੁਛ ਕਰਨ ਫਰਕ ਪੈ ਗਿਆ ਰੋਸ਼ਨੀ ਸ਼ੋਸ਼ਨੀ ਪਉਣ ਲੱਗ ਗਈ ਅੱਛਾ ਹੁਣ ਦੱਸ ਪਰ ਮੈਂ ਕੈਸ਼ਾ ਲੈ ਰਿਹਾ ਤੂੰ ਤਾਂ ਪਈ ਤੇ ਸਾਂਭ ਗਈ ਕੈਸ਼ਾ ਲੈ ਦੇਵੇਂ ਤੂੰ ਇੰਜ ਘਰ ਆਲੂ ਮਟਰ ਲੈ ਤੇ ਚਾਵਲ ਪਕਾ ਆਲੂ ਮਟਰ ਹਾਲੀ ਪੱਕੇ ਪਰ ਰਾਤੀ ਆਲੂ ਮਟਰ ਪਕਾਈ ਹੁਣ ਕਿੰਨੇ ਕਾ ਆਲੂ ਮਟਰ ਪਕਾ ਸਦਾਸ ਮੈਨੂੰ ਚਾਵਲ ਫਕਾਉਣ ਲਈ ਆਖਿਆ ਹੈ ਚਾਵਲ ਨਹੀਂ ਪਕਾਵਣੇ ਚਾਵਲ ਕਿਹੜੇ ਨੇ ਤੈਨੂੰ ਤੰਗ ਕਰਦੇ ਬਾਅਦ ਇਹਨੂੰ ਦਰਦ ਹੋਣ ਲੱਗਦਾ ਬਾਅਦ ਸੁਖੀ ਨਹੀਂ ਕੋਈ ਮੈਂ ਮਰਦੀ ਆ ਮੈਂ ਡਾਕਟਰ ਕੋਲ ਜਾਣਾ ਤੈਨੂੰ ਬੋਤਲ ਲਵਾਉਣੀ ਪਉਂਦੀ ਹੈ ਬੋਤਲ ਲਵਾ ਕੇ ਠੀਕ ਹੋ ਸੇ ਆ ਜਾਏ ਅਗਰ ਬੰਦੇ ਦਾ ਰੂਹ ਕਰੇ ਹਾਂ ਕਰੇ ਕਰੇ ਤਾਂ ਕੋਈ ਚੰਗੀ ਚੀਜ਼ ਤੇ ਕਰੇ ਕਿ ਇਹ ਚਾਵਲਾਂ ਤੇ ਕੋ ਰੂਹ ਕਰਦਾ ਪੀਏ ਨਹੀਂ ਇੱਕ ਬੰਦਾ ਮਰਦਾ ਪੀਏ ਉਹਦਾ ਦਿਲ ਕਰਦਾ ਹੈ ਕਿ ਮੈਂ ਆ ਸ਼ਹਿ ਖਾ ਲਵਾਂ ਤੇ ਪਤਾ ਵੀ ਨਹੀਂ ਕਿ ਕੁੰਦੀ ਮੌਤ ਆ ਜੇ ਐਵੇਂ ਨਾ ਤੇ ਜੇ ਘਰ ਵਾਲੇ ਉਹ ਦਿਨਾਂ ਪੂਰੀ ਕਰਨ ਤੇ ਕੱਲ ਨੂੰ ਮਰ ਜਾਵੇ ਤੇ ਫਿਰ ਕਿਹਦੇ ਨੇ ਉਹ ਆ ਚੀਜ਼ ਨੂੰ ਤੂੰ ਮਰਦੀ ਪਈ ਐ ਮਰਨ ਦੀ ਗੱਲ ਕਰ세 ਕੱਲ ਸੇ ਮਰਨ ਦੇ ਗਿਆ ਤੂੰ ਮਰੇ ਨਹੀਂ ਮੋਟੀ ਜਈਏ ਬਾਤ ਤੇਰਾ ਹੱਥ ਹੀ ਬਾਹਰ ਐ ਨਹੀਂ ਗਾਇਸ ਮੇਰੀ ਗੱਲ ਸੁਣੋ ਬੰਦਾ ਮਰਨ ਮਰਨ ਨੂੰ ਮਰ ਜਾਂਦਾ ਫਿਰ ਪੁੱਛੋ ਪਤਾ ਕਿਹੜੀ ਗੱਲ ਹੁੰਦੀ ਰੁਕ ਜਾ ਹਾਂ ਫਿਰ ਪੁੱਛ ਫਿਰ ਕਿਹੜੀ ਗੱਲ ਹੁੰਦੀ ਯਾਰ ਫਲਾਣੀ ਚੀਜ਼ ਦਾ ਖਤਮ ਦਵਾਲ ਉਹ ਚੀਜ਼ ਉਹਨੂੰ ਉਹਦਾ ਦਿਲ ਵੀ ਕਰਦਾ ਸੀ ਇਹਨੂੰ ਪਸੰਦ ਹੀ ਬੜੀ ਸੀ ਮਰ ਇਹਨੂੰ ਖਤਮ ਦਵਣਾ ਕਿਹੜਾ ਉਹਨੂੰ ਪਹੁੰਚਣਾ ਜਿੰਦੀ ਜਾਨ ਨੂੰ ਕੁਝ ਖਵਾਓ ਜਾ ਜਿੰਦੀ ਜਾਨ ਹੁਣ ਤੂੰ ਚਾਵਲ ਖਾਣੇ ਨਹੀਂ ਹਾਂ ਅੱਜ ਮਟਰਾਂ ਦੇ ਚਾਵਲ ਯਾਰ ਪਕਾ ਲਈ ਹੈ ਨਾ ਚੱਲ ਠੀਕ ਹੈ ਮੈਂ ਮਟਰਾਂ ਦੇ ਚਾਵਲ ਲੈ ਕੇ ਆਣਾ ਠੀਕ ਹੈ ਤੇ ਸੰਪੋ ਚੱਲ ਜਾ ਮਟਰਾਂ ਵਾਲੇ ਚਾਵਲ ਹੀ ਲੈ ਕੇ ਆਉਣਾ ਮਟਰ ਤੇ ਆਲੂ ਲੈ ਕੇ ਆਉਣੇ ਨਹੀਂ ਘਰ ਪਕਾਉਣੇ ਨਹੀਂ अच्छा मटर दे आलू लेले चावल पका ले छ हां चावल कि ले छ ओथु ले आओ तू अक मटर आले चावल लाया तू के आलू मटर आले चावल ले आई हूं मैं क्या पता कि पक्के पकाई ने ला गए अच्छा चलो गाइस मैं जाते आलू मटर ले आवा नाल चावल ले आवा तू सम जल्दी देर नहीं समना ठीक है बिल्कुल कम टाइम समना मैं खा दंगी ठीक है मैं जाना आलू मटर ले जावा ਦੇ ਲਵਣ ਵਾਲਾ ਖੜਾ ਗਾਇਸ ਸ਼ਾਮ ਦਾ ਟਾਈਮ ਹੋਣਾ ਲੈਣਾ ਦੇਲਾ ਮੜਾ ਲੈ ਓਏ ਗੱਡੀ ਨੂੰ ਵਟਾ ਛੱਟਣਾ ਮਰਾ ਇੱਟਾਂ ਨਾਲ ਖੇਡਦੇ ਪੈਨ ਬੀਆ ਵੀਰਾ ਤੋਂ ਲੱਗ ਰਿਹਾ ਯੂਸੇਫ ਕੀ ਕਰ ਰਹਾ ਹੈ ਅੱਛਾ ਵਾਸ਼ਰੂਮ ਕਿਉਂ ਹੁੰਦਾ ਓਕੇ ਗਾਇਸ ਮਿਲਦੇ ਆ ਨੈਕਸਟ ਵੀਡੀਓ ਜੀ ਦੁਆਵਾਂ ਯਾਦ ਰੱਖਿਆ ਹੱਸਦੇ ਵਸਦੇ ਰਹੋ ਤੇ ਅੱਜ ਦੀ ਵੀਡੀਓ ਛੋਟੀ ਜਿਹੀ ਪੀ ਸਾਡੇ ਇਲਾਕੇ ਦਾ ਮੌਸਮ ਕਿਸਮ ਕੈਸਾ ਲੱਗਿਆ ਕਮੈਂਟ ਜੀ ਲਾਜ਼ਮਾ ਦੱਸਣਾ ਮਿਲਦੇ ਆ ਨੈਕਸਟ ਵੀਡੀਓ ਜੀ ਦੁਆਵਾਂ ਯਾਦ ਰੱਖਿਆ ਅੱਲਾ ਹਾਫਿਜ਼ ਮੈਂ ਜਾ ਤੱਕ ਆਲੂ ਮਟਰ ਤੇ ਚਾਵਲ ਵਗੈਰਾ ਸਾਂਝ ਪਕਾਵਣੇ ਚਾਵਲ ਵਗੈਰਾ ਲੈੜੇ ਨਾ ਕਰੇ ਅੱਲਾ ਤੁਹਾਨੂੰ ਕੰਨ ਪਕਾ ਦੇਣ ਬੱਸ ਬੱਸ ਵੇਖੇ ਪਿਆਸੀ